ਕੰਮੀ ਪਦਰਤੇ ਭਾਈ ਰਾਜੋਵਾਨਾ ਜੀ ਸੰਬੰਧੀ ਫੈਸਲਾ ਕਰਨ ਲਈ ਸਮੂਹ ਪ੍ਰਤੀਨਿਧ ਸੰਸਥਾਵਾਂ ਧਾਰਮਿਕ ਸਮਾਜਿਕ ਰਾਜਸੀ ਜਥੇਬੰਦੀਆਂ ਤਖਸਾਲਾਂ ਸੰਪਰਦਾਵਾਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਸੁਝਾਅ ਸੰਖੇਪ ਲਿਖਤੀ ਰੂਪ ਚ ਆਪਣੇ ਇੱਕ ਪ੍ਰਤੀਨਿਧ ਰਾਹੀਂ ਸ੍ਰੀ ਅਕਾਲ ਤਖਸਾਲ ਵਿਖੇ 23 ਮਾਰਚ 2012 ਨੂੰ ਸਵੇਰੇ 11:00 ਵਜੇ ਤੀਕ ਭੇਜਣ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅਮਰਤਸਰ ਵਿੱਚ 71 ਤੋਂ ਉਪਰੰਤ ਲਿਖਤੀ ਸੁਝਾਵਾਂ ਤੇ ਵਿਚਾਰ ਕਰਨ ਉਪਰੰਤ ਹੀ ਕੌਮ ਨੂੰ ਕੌਮੀ ਫੈਸਲੇ ਤੋਂ ਜਾਣੂ ਕਰਵਾਇਆ ਜਾਵੇਗਾ ਸਮੂਹ ਜਥੇਬੰਦੀਆਂ ਆਪੋ ਆਪਣੇ ਤੌਰ ਤੇ ਕਾਨੂੰਨੀ ਚਾਰਾ ਜੋਰੀ ਕਰਨ ਵਾਸਤੇ ਵੀ ਸੁਝਾਅ ਕਾਨੂੰਨੀ ਮਾਹਰਾਂ ਦੀ ਰਾਏ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਕਰਨ ਦੇਸ਼ ਵਿਦੇਸ਼ ਦੇ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ आदेश ਦਿੱਤਾ ਜਾਂਦਾ ਹੈ ਕਿ ਉਹ ਆਪੋ ਆਪਣੇ ਪ੍ਰਬੰਧ ਅਧੀਨ ਗੁਰਦੁਆਰਾ ਸਹਿਬਾਨ ਚ 23 ਮਾਰਚ 2012 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਕੇ 25 ਮਾਰਚ ਨੂੰ ਸੰਪੂਰਨਤਾ ਤੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਚੜਦੀ ਕਲਾ ਵਾਸਤੇ ਕਰਤਾਪੁਰਖ ਅੱਗੇ ਅਰਦਾਸ ਬੇਨਤੀ ਕਰਨ ਕੁਝ ਗੈਰ ਜ਼ਿੰਮੇਵਾਰ ਵਿਅਕਤੀਆਂ ਤੇ ਜਥੇਬੰਦੀਆਂ ਭਾਈ ਰਾਜੋਆਣਾ ਜੀ ਦੇ ਜਲਾਦ ਬਣਦੀ ਪੇਸ਼ਕਸ਼ ਕਰਕੇ ਪੜਕਾਹਟ ਪਰਪੂਰ ਬਿਆਨਾਂ ਰਾਹੀਂ ਪੰਜਾਬ ਦੇ ਸ਼ਾਂਤ ਪਾਣੀਆਂ ਨੂੰ ਅੱਗ ਨਾ ਲਾਉਣ ਕਿਉਂਕਿ ਪੰਜਾਬ ਪਹਿਲਾਂ ਹੀ ਅਜਿਹੇ ਸ਼ਰਾਰਤੀ ਅਨਸਰਾਂ ਦੀਆਂ ਗੈਰ ਜ਼ਿੰਮੇਵਾਰ ਬਿਆਨਬਾਜ਼ੀਆਂ ਕਰਕੇ ਡੂੰਘਾ ਸਦਮਾ ਤੇ ਸੰਤਾਪ ਚੱਲ ਚੁੱਕਾ ਹੈ ਪੰਜ ਸਿੰਘ ਸਹਿਬਾਨਾ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਜੋ ਸਮੂਚੀ ਕੌਮ ਨੂੰ ਇਹ ਆਦੇਸ਼ ਦਿੱਤਾ ਗਿਆ ਹੈ ਵਾਹੀ ਆ ਬਣਾ ਉਹਨਾਂ ਦੀ ਉਹੀ ਆ ਵੀ ਮੇਰਾ ਜਿਹੜਾ ਸਰੀਰ ਹੈ ਇਹ ਵੀ ਅਕਾਲ ਤਖਤ ਸਾਹਿਬ ਦੀ ਆਮਾਨਤ ਹੈ ਤੇ ਅਕਾਲ ਤਖਤ ਸਾਹਿਬ ਦੀ ਆਮਾਨਤ ਹੋਣ ਕਰਕੇ ਅਕਾਲ ਤਖਤ ਸਾਹਿਬ ਜਿੱਥੇ ਚਾਹੇ ਉਸ ਨੂੰ ਦੇ ਸਕਦਾ ਹੈ ਔਰ ਉਹਨਾਂ ਨੇ ਇੱਕ ਗੱਲ ਖਾਸ ਕਰਕੇ ਕਹੀ ਕਿ ਮੈਂ ਨਿਜੀ ਤੌਰ ਤੇ ਬੀਨ ਸਿੰਘ ਦੇ ਨਾਲ ਮੇਰਾ ਕੋਈ ਵੈਰ ਵਿਰੋਧ ਨਹੀਂ ਮੈਂ ਸਮੁੱਚੀ ਮਨੁੱਖਤਾ ਨੂੰ ਆਪਣਾ ਸਰੀਰ ਵੀ ਸਮਰਪਿਤ ਕਰਦਾ ਕਿ ਇਹ ਕੋਈ ਜਥੇਬੰਦੀ ਚਾਹੇ ਸਿੱਖਾਂ ਦੀ ਹੈ ਚਾਹੇ ਹਿੰਦੂਆਂ ਦੀ ਹੈ ਚਾਹੇ ਮੁਸਲਮਾਨਾਂ ਦੀ ਹੈ ਚਾਹੇ ਇਸਾਈਆਂ ਦੀ ਹੈ ਕਿਸੇ ਨੂੰ ਵੀ ਮੇਰੇ ਸਰੀਰ ਦੇ ਕਿਸੇ ਅੰਗ ਦੀ ਜਰੂਰਤ ਹੋਵੇ ਉਹ ਅਕਾਲ ਤਖਨ ਨਾਲ ਸੰਪਰਕ ਸਮਰਪਿਤ ਕਰ ਸੰਪਰਕ ਕਰਕੇ ਲੈ ਸਕਦਾ ਹੈ ਉਹ 23 ਤਰੀਕ ਨੂੰ ਫੈਸਲਾ ਸਮੁੱਚੀਆਂ ਜਥੇਬੰਦੀਆਂ ਲੈਣਗੀਆਂ ਵੀ ਕੀ ਕਰਨਾ ਕੀ